ਨਾਲ ਦੋਸਤੋ ਪੰਜਾਬ ਦੇ ਲੋਕ ਰੰਗ ਦੇਖਣ ਲਈ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਾਲ ਦੀ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਣਾ ਤਾਂ ਕਿ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਸਤਿ ਸ੍ਰੀ ਅਕਾਲ ਮਿੱਤਰੋ ਮਿੱਤਰੋ ਜਿਹੜੇ ਤੁਸੀਂ ਆ ਵੀਡੀਓ ਵਿੱਚ ਮੋਰ ਦੇਖ ਰਹੇ ਹੋ ਮੋਰ ਇਹ ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ ਇਹ ਪਿੰਡ ਵਿੱਚ ਹੀ ਰਹਿੰਦਾ ਹੈ ਮੋਰ ਅਤੇ ਦੋ ਤਿੰਨ ਮੋਰ ਤੀ ਅਤੇ ਸਾਡੇ ਪਿੰਡ ਬਾਈ ਸੰਗਾਰਾ ਸਿੰਘ ਉਹਨਾਂ ਨੇ ਆਂਡੇ ਲਿਆ ਕੇ ਮਤਲਬ ਪਿੰਡ ਦੀ ਸੋਭਾ ਲਈ ਮੋਰ ਸੱਟਤਾ ਅਤੇ ਇਹ ਇਹਨੇ ਬਿਮਾਰ ਹੋਇਆ ਪਿਆ ਮੋਰ ਪਤਾ ਨਹੀਂ ਕੀ ਹੋ ਗਿਆ ਇਹ ਕਹਿੰਦੇ ਗਲ ਜਾ ਸੁੱਟੀ ਬੈਠਾ ਹੈਗਾ ਅਤੇ ਨਾ ਕੁਛ ਵਾਲਾ ਖਾਂਦਾ ਪੀਂਦਾ ਅਤੇ ਜਿਹੜਾ ਮੇਰਾ ਵੀਰ ਭਾਈ ਕੋਈ ਆਪਣੀ ਵੀਡੀਓ ਦੇਖਦਾ ਗਾ ਜਿਸ ਨੂੰ ਵੀ ਮੋਰਾਂ ਬਾਰੇ ਨੌਲੇਜ ਆ ਕੋਈ ਵੀ ਇਹ ਕਿੱਦਾਂ ਕਿਹੜੀ ਦਵਾਈ ਦੇਈ ਇਹਨੂੰ ਵੀ ਕੀ ਖਵਾਈ ਜਿਹੜਾ ਇਹਦੇ ਨਾਲ ਮਤਲਬ ਵੀ ਇਸਨੂੰ ਦੀ ਜਿਸ ਨੂੰ ਵੀ ਹਟ ਗਿਆ ਦੀਦਾ ਵੀ ਘੱਟ ਇਹ ਕਈ ਵਾਰ ਜੇ ਤੁਰ ਪੈਂਦੇ ਨਾ ਤਾਂ ਡਿੱਗ ਪੈਂਦਾ ਗਾ ਕੰਧਾਂ 'ਚ ਵੱਜਦਾ ਵੀ ਉਹਨੂੰ ਕਿਹੜੀ ਦਵਾਈ ਦਿੱਤੀ ਜਾਵੇ ਜਾਂ ਕਿਹੜੀ ਖੁਰਾਕ ਦਿੱਤੀ ਜਾਵੇ ਵੀ ਜਿਹਦੇ ਨਾਲ ਇਹ ਮਤਲਬ ਵਧੀਆ ਪਹਿਲਾਂ ਵਾਂਗੂ ਸਾਰੇ ਪਿੰਡ 'ਚ ਰੌਣਕ ਲਾਈ ਰੱਖੇ ਅਤੇ ਇਹ ਪਿੰਡ ਇਹ ਮੋਰ ਆ ਜਿਹੜਾ ਇਹ ਆਪਣੇ ਪਿੰਡ ਵਿੱਚ ਹੀ ਰਹਿੰਦਾ ਲੋਹਾ ਕਿਹੜੇ ਅਤੇ ਕਿਸੇ ਦੇ ਕੀਦੇ ਘਰੇ ਵੱਜ ਜਾਂਦਾ ਕਿਤੇ ਕੀਦੇ ਇਹ ਸਾਰੇ ਪਿੰਡ ਦੇ ਮਤਲਬ ਪਾਲੇ ਹੋਏ ਨੇ ਜਿਹੜੇ ਮੇਰੇ ਵੀਰ ਭਾਈ ਨੂੰ ਕਿਸੇ ਨੂੰ ਵੀ ਮੋਰਾਂ ਬਾਰੇ ਕੋਈ ਨੌਲੇਜ ਆ ਨਾ ਤਾਂ ਉਹ ਆਪਾਂ ਨੂੰ ਜ਼ਰੂਰ ਆਪਾਂ ਆਪਣੇ ਨਾਲ ਕਨੈਕਟ ਕਰ ਲਏ ਆਪਾਂ ਨੰਬਰ ਆ ਜਿਹੜਾ ਉਹ ਆਪਾਂ ਵੀਡੀਓ 'ਤੇ ਪਾ ਦਾਂਗੇ ਅਤੇ ਬਾਕੀ ਕਮੈਂਟ ਕਰਕੇ ਦੱਸ ਦੇ ਵੀਰ ਭਾਈ ਆਪਾਂ ਉਹਦੇ ਨਾਲ ਜ਼ਰੂਰ ਕਨੈਕਟ ਕਰ ਲਾਂਗੇ ਇਹ ਭਲੇ ਹੀ ਆ ਵੀਰੇ ਆਪਣੇ ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ ਬਾਈ ਸੰਗਾਰਾ ਸਿੰਘ ਨੇ ਲਿਆਂਦੇ ਤੀ ਅਤੇ ਪਿੰਡ ਵਿੱਚ ਰੱਖਣ ਖਾਤਰ ਕਿਉਂਕਿ ਆਪਾਂ ਘਰੇ ਤਾਂ ਰੱਖ ਨਹੀਂ ਸਕਦੇ ਇਹਨਾਂ ਨੂੰ ਮਨਾਹੀ ਹੈ ਨਾ ਅਤੇ ਇਹ ਪਿੰਡ ਵਿੱਚ ਰੱਖੇ ਹੋਏ ਨੇ ਵੀਰੇ ਹੁਣ ਵੀ ਇਹ ਬਿਮਾਰ ਹੋਇਆ ਪਿਆ ਜਿਹੜਾ ਮੇਰਾ ਵੀਰ ਭਾਈ ਆ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜਿਹੜਾ ਮੋਰ ਇਸੇ ਮੋਰ ਦੀ ਆਪਾਂ ਗੱਲ ਕਰ ਰਹੇ ਹਾਂ ਜੇ ਕਿਸੇ ਨੂੰ ਵੀ ਇਸ ਬਾਰੇ ਕੋਈ ਨੌਲੇਜ ਜ਼ਿਆਦਾ ਜ਼ਰੂਰ ਹੋ ਵੀਰੇ ਸੰਪਰਕ ਕਰਿਓ ਧੰਨਵਾਦ ਜੀ ਤੁਹਾਡਾ ਇੱਕ ਨਾ ਬਾਈ ਮੋਰ ਰੱਖਿਆ ਹੋਇਆ ਸੀ ਆਪਣਾ ਇਹਨੂੰ ਨੂੰ ਦੇਖਣੋਂ ਹਟ ਗਿਆ ਸਾਰੇ ਪਿੰਡ 'ਚ ਜੇ ਕਿਸੇ ਬਾਈ ਨੂੰ ਨੌਲੇਜ ਆ ਤਾਂ ਦੱਸਿਓ ਬਾਈ ਬਣ ਕੇ ਚੰਗਾ ਇਹਨਾਂ ਦਾ ਦੀਂਦਾ ਬਹੁਤ ਘੱਟ ਆ ਜੇ ਕਿਸੇ ਨੂੰ ਹੈਗੇ ਕੋਈ ਨੌਲੇਜ ਤਾਂ ਦੱਸਿਓ ਖਾਣਾ ਤਾਂ ਖਵਾਈ ਜਾਂਦੇ ਹਾਂ ਜਿਵੇਂ ਬਾਈ ਸਾਰੇ ਰਲ ਮਿਲ ਕੇ ਖਾਣਾ ਤਾਂ ਇਹ ਪਿੰਡ ਦੇ ਵਿੱਚ ਸਾਰੇ ਜੀ ਫਿਰਦਾ ਜੀ ਕਿਸੇ ਵੀ ਵੀਰ ਭਾਈ ਨੂੰ ਪਤਾ ਹੈ ਇਹਦੇ ਬਾਰੇ ਕਿ ਨੌਲੇਜ ਇਹਨੂੰ ਦੇਖਣੋਂ ਹਟ ਗਿਆ ਬਿਲਕੁਲ ਹੀ ਥੋੜ੍ਹੇ ਦਿਨਾਂ 'ਚ ਹੀ ਇਹਨੂੰ ਆਪਾਂ ਡਾਕਟਰ